ਤੇਰਾ ਵੀ ਨਿੰਦੂ ਐਂਡਗੜ ਵਾਲਾ ਨਾਲ ਸੁੱਖਾ ਵਕੀਲਾਂ ਵਾਲੇ ਦਾ ਲੱਖਾ ਤੇ ਬੰਟੀ ਤੇ ਨਾਲ ਸੁੱਖਾ ਉਧਰਲੇ ਬੰਨੇ ਝਾਂਤ ਵੱਜ ਰਹੀ ਹੈ ਦੋ ਖਿਡਾਰੀ ਕਹਿੰਦੇ ਲਾਗੇ ਪਿੰਡ ਹੈ ਕੋਟ ਸੁਲੀਆ ਤੇ ਭਲੋਰ ਤੇ ਨਾਲ ਢੁੱਡੀ ਪਿੰਡ ਹੈ ਉਧਰਲੇ ਬੰਨੇ ਨਾਲ ਹੀ ਮਾਲਾ ਹੈ ਪਹਿਲੀ ਰੋਡ ਜਿਹੜੀ ਕਹਿੰਦੇ ਮਾਣੋ ਕਹਿੰਦੇ ਭੀਮ ਨੇ ਪਾ ਦਿੱਤੀ ਹੈ ਦੁੱਲੇ ਦੀ ਦਾਜ ਉਧਰਲੇ ਬੰਨੇ ਕਬੱਡੀ ਦੇ ਗਰਾਉਂਡ ਵਿੱਚ ਦੇਖੋ ਦੁੱਲੇ ਦਾ ਪੰਪ ਸੋਨੂ ਦਾ ਜੰਪ ਕਾਲੂ ਦੀ ਭਾਜ ਭੀਮ ਦੇ ਅਡਾਂਜ ਉਧਰਲੇ ਬੰਨੇ ਦਿਲਾਂ ਨੂੰ ਲੁੱਟਦੇ ਹੈ ਕਾਲਮਾ ਦਾ ਗੁਰਵਿੰਦਰ ਤੇ ਦਾਦਰ ਦਾ ਬਰਿੰਦਰ ਰੇਡਰ ਪੁੱਠੇ ਕਰ ਕਰ ਸੁੱਟਦੇ ਹੈ ਇਹ ਹੈ ਮਾਣੋ ਕੇ ਦਾ ਭੀਮ ਜਿੱਥੋਂ ਦਾ ਜੀਵਨ ਜਿੱਥੋਂ ਦਾ ਸੱਤਾ ਜਿੱਥੋਂ ਦਾ ਲਾਡੀ ਉਧਰਲੇ ਬੰਨੇ ਦੇਖੋ ਮੇਰੇ ਭਲੋਰ ਵਾਲਾ ਬਸੰਤ ਹੋ ਗਿਆ ਮੂਹਰੇ ਹੋ ਗਈ ਟੱਕਰ ਇਹ ਵੇਖ ਲੈ ਖੋਸਿਆਂ ਵਾਲਿਆ ਸਮਾਂ ਸਮਾਂ ਦੇਖੋ ਮੇਰੇ ਵੀਰੋ ਇੱਕ ਭਾਰਤ ਦਾ ਮਹਾਬਲੀ ਭੀਮ ਹੋਇਆ ਜਿਹਨੇ ਹਾਥੀ ਚਲਾਏ ਵਾਸ ਨਹੀਂ ਆਏ ਪਰ ਇਧਰਲੇ ਬੰਨੇ ਬਸੰਤ ਨੇ ਭੀਮ ਚਲਾਤਾ ਆਹ ਵੇਖੋ ਗਰਾਊਂਡ ਵਿੱਚ ਮੈਂ ਵੀ ਖੋਸਿਆਂ ਵਾਲਿਆ ਕਾਰੇ ਮੁੰਡੇ ਦੀ ਸਿਰਤ ਕਬੱਡੀ ਦੇ ਗਰਾਊਂਡ ਵਿੱਚ ਹਰਸ਼ ਬਲੂਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਗਰਾਊਂਡ ਦੇ ਵਿੱਚ ਚਾਰ ਜਾਫੀ ਚੌਂ ਦੇ ਵਿੱਚੋਂ ਦੇਖੋ ਇੱਕ ਪਾਸੇ ਵਕੀਲਾਂ ਵਾਲੇ ਪਿੰਡ ਦਾ ਸੁੱਖਾ ਕਹਿੰਦੇ ਪਤਾ ਨੀ ਕਿੰਨੇ ਵਾਰ ਕੈਨੇਡਾ ਖੇਡਿਆ ਨਾਲ ਮਿੰਦਰ ਸਿੰਘ ਬੋਪਾ ਰਾਏ ਦਾ ਪੋਤਾ ਸੋਨੀ ਚੌਂ ਦੇ ਵਿੱਚ ਸਾਧੇ ਵਰ ਗਏ ਮੁੰਡੇ ਕਹਿੰਦੇ ਮਨੀ ਲਾਡੀ ਵਰਗੇ ਹੈਪੀ ਵਰਗੇ ਹੈ ਪਰ ਪੁਆਇੰਟ ਕਹਿੰਦੇ ਅਰਸ਼ ਭਲੂਰ ਦਾ ਬਹੁਤ ਸੋਹਣਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਆਓ ਦੇਖੋ ਅਗਲੀ ਕਬੱਡੀ ਆਹ ਮੁੰਡੇ ਦਾ ਕਹਿੰਦੇ ਇੰਦਗੜ ਪਿੰਡ ਹੈ ਨਿੰਦਰ ਨਾਮ ਹੈ ਲਓ ਸਾਹਮਣੇ ਨਿੰਦਰ ਦੀ ਪੈਂਦੀ ਕਬੱਡੀ ਤੇ ਚਾਰ ਜਾਫੀ ਇੱਕ ਪਾਸੇ ਕਹਿੰਦੇ ਬਸੰਤ ਹੈ ਨਾਲ ਤੋਤਾ ਕੀਤਾ ਤੇ ਦੂਜਾ ਜਾਫਾ ਹਲਕਾ ਵਾਲਾ ਮੇਰੇ ਭੀਮ ਤੇ ਗੱਲ ਕਹਿੰਦੇ ਨਿੰਦੂ ਇੰਦਗੜ ਦੀ ਤੇ ਕੀਪਾ ਭਲੋਰ ਵਾਲਾ ਆਹ ਵੇਖੋ ਮੇਰੇ ਵੀਰਿਓ ਵਾਹ ਇਹ ਆ ਨੌਜਵਾਨ ਕਹਿੰਦੇ ਨਿੰਦਰ ਸਿੰਘ ਨਰਿੰਦਰ ਸਿੰਘ ਨਾਮ ਰੱਖਿਆ ਮਾਪਿਆਂ ਨੇ ਚੱਲ ਵੀ ਬਰਾੜਾ ਲੈ ਵੀ ਵਕੀਲਾਂ ਵਾਲੀ ਆ ਸੋਨੀ ਪੱਟ ਲੈ ਤਿਆਰੀ ਹੁਣ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਟਾ ਬਣਨਾ ਜਾਂ ਬਣ ਜਾਣਾ ਸੁਰਮਾ ਕਿ ਨਹੀਂ ਤਾਂ ਪੱਕੇ ਬਣ ਜਾਣਾ ਇਹ ਗਾਲ ਦੀ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਸੁੱਖੋ ਮੇਰੇ ਵੀਰਿਓ ਵਾਹ ਇਹ ਆ ਆਲਟੋ ਦਾ ਮਾਨਿਆ ਸਨਮਾਨਿਆ ਗੱਭਰੂ ਉਧਰਲੇ ਬੰਨੇ ਵੇਖ ਲਾ ਖੋਸਿਆਂ ਵਾਲਿਆ ਤੇਰਾ ਦੋਣਾ ਛੱਬੀ ਆ ਤੇ ਛੱਬੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਮੁੰਡੇ ਨੇ ਘੁੱਟ ਕੇ ਸੀਨੇ ਨਾਲ ਆ ਲਿਆ ਚੱਲ ਭੀਮ ਪਾਓ ਤੁਹਾਡੀ ਸਰਦਾਰ ਸਾਧੂ ਸਿਓ ਬਰਾੜ ਕੋਲੇ ਲਾਈ ਆ ਗਲਾਸ ਕੌਡੀ ਵਿੱਚ ਗੱਭਰੂ ਨੂੰ ਕਰ ਦਿੱਤਾ ਪਾਸ ਪੂਰੀ ਪਾਉਂਦਾ ਲਾਉਂਦਾ ਇਹ ਕਬੱਡੀ ਪੂਰੀ ਲਾਗੇ ਸਕੀਲ ਸਿਰੇ ਦਾ ਫਿਰਾਰੀ ਭੀਮ ਦੋਤੇ ਵਾਲਾ ਦੋਤੇ ਵਾਲਾ ਦੋਤੇ ਵਾਲਾ ਆਹ ਵੇਖੋ ਮੇਰੇ ਵੀਰੋ ਬਲਦੇ ਇਹਨੂੰ ਕਹਿੰਦੇ ਆ ਦੋਦੇ ਵਾਲਾ ਘੋੜਾ ਕਬੱਡੀ ਦੇ ਗਰਾਊਂਡ ਵਿੱਚ ਢਾ ਲੈਂਦਾ ਧਾਵੀ ਨੂੰ ਟਾਈਮ ਲਾਉਂਦਾ ਬੜਾ ਇਹ ਥੋੜਾ ਲੈ ਵੀ ਅਰਸ਼ ਭਲੋਰ ਵਾਲਿਆ ਉਧਰਲੇ ਬੰਨੇ ਮਹਿੰਦਰ ਸਿੰਘ ਜੀ ਬੋਪਾ ਰਾਏ ਦਾ ਪੁੱਤਰ ਮੋਟਰਸਾਈਕਲਾਂ ਦਾ ਜੇਤੂ ਹੈ ਐਕਸੀਡੈਂਟ ਕਾਫੀ ਕਹਿੰਦੇ ਵੀ ਮੋਟਰਸਾਈਕਲਾਂ ਤੇ ਕਬਜ਼ਾ ਕੀਤਾ ਹੈ ਉਧਰਲੇ ਬੰਨੇ ਬਸੰਤ ਭਲੋਰ ਲਈ ਸਾਡੇ ਕੁਲਵੰਤ ਸਿੰਘ ਜੀ ਏਐਸਆਈ ਸਾਹਿਬ ਢੁੱਡੀ ਵਾਲੇ ਮਾਇਆ ਦੇ ਗੱਫੇ ਦੇ ਗਏ ਆ ਬਹੁਤ ਬਹੁਤ ਧੰਨਵਾਦ ਹੈ ਲੈ ਵੱਟ ਲਾ ਤਿਆਰੀ ਨੌਜਵਾਨ ਅਰਸ਼ ਇੱਕ ਕਹਿੰਦੇ ਚੋਲਾ ਸਾਹਿਬ ਦਾ ਇੱਕ ਆਹ ਮੁੰਡਾ ਇੱਕ ਅਰਸ਼ ਕਾਲੇ ਬੋਲੇ ਵਾਲਾ ਹਰਜਾ ਪਾਸੇ ਨੌਜਵਾਨ ਹੈ ਆਹ ਭੱਜਿਆ ਜਾਂਦਾ ਭਲੋਰ ਵਾਲਾ ਕਬੱਡੀ ਦੇ ਗਰਾਊਂਡ ਵਿੱਚ ਮੇਰੇ ਬਾਜਾਂ ਵਾਲੇ ਮਾਹੀ ਦੀ ਕਹਿੰਦੇ ਸਾਜੀ ਹੋਈ ਸਿੱਖੀ ਹੈ ਆਹ ਕਬੱਡੀ ਪਾਉਣ ਚੱਲਿਆ ਖਾਲਸਾ ਪਿਆ ਮਿਲ ਜੇ ਕਲਗੀਧਰ ਵਰਗਾ ਜਿਹਨੂੰ ਸਾਹਿਬਕਾਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਸਾਹਿਬ ਜੀ ਥਾਂ ਮਿਲ ਜੇ ਬਾਕੀ ਗੱਲ 16 ਨੇ ਸੱਚਾ ਮੈਂ ਪਹਿਲਾਂ ਗੱਲ ਕੀਤੀ ਸੀ 1699 ਦੀ ਤੇ ਜਦੋਂ 300 ਸਾਲਾਂ ਮਨਾਇਆ ਗਿਆ 1999 ਦੇ ਵਿੱਚ ਦੁਨੀਆ ਨੂੰ ਪਤਾ ਲੱਗਾ ਵੀ ਖਾਲਸੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਆ ਕਹਿੰਦੇ ਇੰਦਗੜ ਪਿੰਡ ਹੈ ਨਿੰਦੂ ਸਾਹਮਣੇ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਉੱਧਰ ਕੀਪੇ ਦਾ ਕਹਿੰਦੇ ਨਿੱਕਾ ਵੀਰ ਹੈ ਤੋਤਾ ਭਲੂਰ ਵਾਲਾ ਟਰਾਈ ਕਰਦਾ ਆ ਕਹਿੰਦੇ ਲਗਾਤਾਰ 4 ਸਾਲ ਕਨੇਡਾ ਖੇਡਿਆ ਕੀਪਾ ਭਲੂਰ ਪਿੰਡ ਦਾ ਮਾਪਿਆਂ ਦੇ ਦੋ ਪੁੱਤ ਕੌਡੀ ਖੇਡਦੇ ਆ ਇੱਕ ਅਰਸ਼ ਹੈ ਆਹ ਵੱਡਾ ਕੀਪਾ ਲਓ ਸਾਹਮਣੇ ਕਹਿੰਦੇ ਕੀਪੇ ਦੀ ਕਬੱਡੀ ਹੈ ਇੱਕ ਪਾਸੇ ਸੋਨੀ ਥਾਪੀਆਂ ਮਾਰਦਾ ਨਾਲ ਸੁੱਖਾ ਕਹਿੰਦਾ ਵੀ ਇਹ ਸੁੱਖਾ ਨਾ ਜਾਵੇ ਇੱਧਰ ਦੇਖੋ ਕੀਪੇ ਦੀ ਪੈਂਦੀ ਕਬੱਡੀ ਉੱਧਰ ਨੌਜਵਾਨ ਸੁੱਖਾ ਟਰਾਈ ਕਰਦਾ ਤੇ ਕੀਪਾ ਕਹਿੰਦੇ ਬਾਬ ਰੋਲਾ ਕਬੱਡੀ ਦਾ ਬਾਬ ਰੋਲਾ ਕਬੱਡੀ ਦਾ ਚਲੋ ਮਾਣੂਕਿਆਂ ਵਾਲਿਆ ਪਾਓ ਕਬੱਡੀ ਗੁਰਲਾਲ ਕਹਿੰਦੇ ਕਨੇਡਾ ਬੈਠਾ ਜੀਵਨ ਵਰਗਿਆਂ ਦਾ ਵੱਡਾ ਨਾਮ ਹੈ ਕਬੱਡੀ ਜਗ ਦੇ ਵਿੱਚ ਬੂਟੇ ਵਰਗੇ ਸੱਤੇ ਵਰਗੇ ਨੇ ਦੂਰੀਆਂ ਬਣਾਈ ਹੈ ਲਓ ਭੀਮ ਦੀ ਪਾਈ ਕਬੱਡੀ ਹੁਣ ਉੱਧਰ ਬਸੰਤ ਵਰਗੇ ਨੌਜਵਾਨ ਕਹਿੰਦੇ ਤੋਤੇ ਵਰਗੇ ਨਾਲ ਤੋਤੇ ਵਾਲਾ ਇੱਧਰ ਦੇਖੋ ਦੋਤਾ ਤੇ ਕੌੜੀ ਦੋ ਪਿੰਡਾਂ ਕਹਿੰਦੇ ਜ਼ਿਲ੍ਹੇ ਮੁਕਤਸਰ ਦੇ ਵਾਹ ਮੇਰੇ ਵੀਰੋ ਇੱਕ ਦੇ ਵਿੱਚ ਜ਼ੋਰ ਹੈ ਨੌਜਵਾਨ ਨੇ ਪੁੱਛ ਕੀਤਾ ਆਹ ਵੀ ਨੌਜਵਾਨ ਹੈ
ਦੋ ਵੀਰ ਵੱਡੇ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਸਕੇ ਭਰਾਵਾਂ ਦੀਆਂ ਜੋੜੀਆਂ ਪੰਜਾਬ ਭਰ ਵਿੱਚ ਮਸ਼ਹੂਰ ਹੋਈਆਂ ਜੰਗੀਆਲਾ ਅਠੋਰ ਉਧਰਲੇ ਬੰਨੇ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਕੁਲਦੀਪ ਦਾ ਵੀਰ ਕਬੱਡੀ ਪਾ ਰਿਹਾ ਹੈ ਵੀਰਾਂ ਦਾ ਸਾਰਿਆਂ ਦਾ ਰੱਬ ਵਰਗਾ ਕਿ ਨਖਰੇ ਨਹੀਂ ਲੱਭਦੇ ਮਸ਼ੂਕ ਵਰਗੇ ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਯਾਰ ਹੁੰਦੇ ਮੋਢੇ ਟੰਗੀ ਬਦੂਖ ਵਰਗੇ ਇਹ ਆ ਨੌਜਵਾਨ ਐਲ ਜੀ ਦੇ ਰਾਉਂਦ ਵਰਗਾ ਗੱਭਰੂ ਵਕੀਲਾਂ ਵਾਲੇ ਦਾ ਸੋਨੀ ਤਾਂ ਦੇਖੋ ਜਿਹਨੇ ਝੱਟ ਕਰਾਰੀ ਮਾਰੀ ਹੈ ਆ ਵੀ ਨੌਜਵਾਨ ਹੈ ਬਗੀਚੇ ਦੇ ਪਿੰਡ ਦਾ ਗੱਭਰੂ ਇਸ ਸਮੇਂ ਕਬੱਡੀ ਪਾਉਣ ਚੱਲਿਆ ਹੈ ਚੱਲ ਵੀ ਨੌਜਵਾਨਾਂ ਰਾਜ ਰੋਇਆ ਮਜ਼ਦੂਰ ਨੇ ਧਾ ਮਾਰੀ ਜਿਹਨਾਂ ਦੇ ਗਾਰੇ ਦੀ ਤਿਲਕ ਦੀ ਜਾਨ ਲੱਗੀ ਤਾਂ ਕਹਿੰਦੀਆਂ ਸਨ ਸਾਨੂੰ ਨਾਲ ਆਇਓ ਦੇਸੀ ਉਹਨਾਂ ਦੇ ਪਾਸੇ ਉਡਾਣ ਲੱਗੀ ਭੱਜ ਜਾਇਓ ਦੇ ਭੱਜ ਜਲਾਦ ਆਇਆ ਜਿਨ੍ਹਾਂ ਨੂੰ ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸੈ ਅੱਜ ਉਹ ਇੱਟਾਂ ਵਿੱਚ ਲਵੇਟੇ ਜਾ ਰਹੇ ਨੇ ਜਿਨ੍ਹਾਂ ਨੂੰ ਰੇਸ਼ਮ ਵਿੱਚ ਲਵੇਟ ਕੇ ਰੱਖਦੀ ਸੈ ਅੱਜ ਉਹ ਇੱਟਾਂ ਵਿੱਚ ਲਵੇਟੇ ਜਾ ਰਹੇ ਨੇ ਉਹ ਸਰਹੰਦ ਦੀ ਧਰਤੀ ਕਹਿੰਦੇ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਕਿਤੇ ਦੀਵਾਰ ਟੋਡਰ ਮੱਲ ਵਰਗਿਆਂ ਦੀ ਗੱਲ ਚੱਲੀ ਕਹਿੰਦੇ ਜਿੱਥੇ ਸੰਸਕਾਰ ਕੀਤਾ ਗਿਆ ਸਹਿਰ ਜਨ ਦੇ ਸਰੀਰ ਦਾ ਆ ਕਹਿੰਦੇ ਕੌਣ ਇਹ ਆ ਕੀਪਾ ਭਲੂਰ ਪਿੰਡ ਦਾ ਜਿੱਥੋਂ ਦਾ ਸਰਦਾਰ ਮੇਜਰ ਸਿੰਘ ਬਰਾੜ ਕੈਨੇਡਾ ਦੇ ਕਹਿੰਦੇ ਕੈਲਗਰੀ ਦੇ ਵਿੱਚ ਬੈਠਾ ਹੈ ਕੈਨੇਡਾ ਦੇ ਕੈਲਗਰੀ ਦੇ ਵਿੱਚ ਬੈਠਾ ਐਡਮਿੰਟਨ ਦੇ ਵਿੱਚ ਬੈਠਾ ਜਲੰਧਰ ਸਿੰਘ ਸਿੱਧੂ ਕਿਤੇ 300 ਕਿਲੋਮੀਟਰ ਦੀ ਦੂਰੀ ਤੇ ਰਸਤਾ ਕਹਿੰਦੇ 3 ਘੰਟਿਆਂ ਦਾ ਹੋਊ ਪੂਰਾ ਮਿਣ ਕੇ ਦੇਖ ਲਓ ਉੱਧਰ ਕੌਣ ਇਹ ਮੁੰਡਾ ਕਹਿੰਦੇ ਉਸ ਵੇਲੇ ਵਕੀਲਾਂ ਵਾਲੇ ਦੀ ਤਰਫੋਂ ਪੌੜਾ ਕਬੱਡੀ ਮਾਲੂ ਤੇ ਪਿੰਡ ਦਾ ਜਗਮੀਤ ਸਿੰਘ ਦੁਨੀਆ ਪਿਆਰ ਨਾਲ ਭੀਮ ਕਹਿੰਦੀ ਹੈ ਰੂਪ ਸਿੰਘ ਦਾ ਬੇਟਾ ਲੈ ਵੀ ਨੌਜਵਾਨਾਂ ਮੰਨਣਾ ਪੈਣਾ ਹੈ ਕਬੱਡੀ ਦੇ ਖੇਡ ਮੈਦਾਨ ਵਿੱਚ ਮਾਣੂਕੇ ਦਾ ਭੀਮ ਹੈ ਜਿਹੜੀ ਟੀਮ ਨੂੰ ਸਪਾਂਸਰ ਕਰਦੇ ਆ ਸਰਦਾਰ ਮੇਜਰ ਸਿੰਘ ਜੀ ਉਧਰਲੇ ਬੰਨੇ ਭਲੂਰ ਵਾਲੇ ਕਰਮਪਾਲ ਸਿੱਧੂ ਲੰਡੇਕੇ ਪਿੰਡ ਵਾਲਾ ਜਿਨ੍ਹਾਂ ਨੇ ਕਹਿੰਦੇ ਲੰਡੇਕੇ ਦੇ ਧਰਤੀ ਤੇ 85 ਲੱਖ ਦੇ ਬਜਟ ਵਾਲਾ ਕਬੱਡੀ ਦਾ ਕੱਪ ਕਰਵਾ ਕੇ ਧੰਨ ਧੰਨ ਕਰਵਾਈ ਲਓ ਖੇਡ ਮੈਦਾਨ ਵਿੱਚ ਦੇਖੋ ਅਰਸ਼ ਭਲੂਰ ਵਾਲਾ ਦੂਸਰੇ ਬੰਨੇ ਕੌਣ ਕੌਣ ਵਕੀਲਾਂ ਵਾਲੀਆਂ ਹੁਣ ਚਰਤਾ ਕਰਾਰੀਆਂ ਹੋਣਗੀਆਂ ਉਖੜਨਗੇ ਪੈਰ ਪਰ ਆਹ ਦੇਖੋ ਅਰਸ਼ ਭਲੂਰ ਵਾਲਾ ਭੱਜਿਆ ਜਾਂਦਾ ਹੈ ਚੱਲ ਵੀ ਮਾਣੂਕਿਆਂ ਵਾਲਿਆ ਪਾ ਵੀ ਕਬੱਡੀ ਨੌਜਵਾਨ ਹੈ ਮਾਣੂਕਿਆਂ ਵਾਲਿਆ ਪਾ ਵੀ ਕਬੱਡੀ ਪਰ ਪਿਆਰ ਨਾ ਮੇਰੇ ਵੀਰਿਓ ਰੌਲਾ ਨਹੀਂ ਯਾਰ ਕੋਈ ਨੀ ਮੇਰੇ ਵੀਰਿਓ ਪਿਆਰ ਸਤਿਕਾਰ ਨਾ ਅਗਲੇ ਮੈਚ ਦੀਆਂ ਦੋਵੇਂ ਟੀਮਾਂ ਹਿੰਮਤਪੁਰਾ ਤੇ ਭਾਂਗਰ ਹਿੰਮਤਪੁਰਾ ਤੇ ਭਾਂਗਰ ਦੀ ਟੀਮ ਅਗਲੇ ਮੈਚ ਲਈ ਆਪਣੀ ਤਿਆਰੀ ਖਿੱਚ ਲੈਣ ਭਾਂਗਰ ਤੇ ਹਿੰਮਤਪੁਰਾ ਆਹ ਮਾਰੋ ਕਿਹਦਾ ਭੀਮ ਤੇ ਨੌਜਵਾਨ ਕਹਿੰਦੇ ਭਲੋਰ ਪਿੰਡ ਵਾਲਾ ਬਸੰਤ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਕਹਿੰਦੇ ਨੌਜਵਾਨ ਜਿਵੇਂ ਕੀਪਾ ਬਧਨੀ ਵਾਲਾ ਮਸ਼ਹੂਰ ਉਸੇ ਤਰ੍ਹਾਂ ਕੀਪਾ ਭਲੂਰ ਵਾਲਾ ਏਕਮ ਅਠੂਰ ਕੀਪਾ ਬਧਨੀ ਦਾ ਛਾ ਗਿਆ ਕਿ ਤੀਜੀ ਕੌਡੀ ਮਿਸ ਬੋਪਾ ਬੋਪਾ ਰਾਏ ਸ਼ੀਰਾ ਪਾ ਗਿਆ ਕਿ ਤੀਜੀ ਕੌਡੀ ਮਿਸ ਬੋਪਾ ਰਾਏ ਸ਼ੀਰਾ ਪਾ ਗਿਆ ਉਧਰ ਕਹਿੰਦੇ ਧੱਲਾ ਵਾਲਾ ਜਸਵਿੰਦਰ ਸਿੰਘ ਜੱਸ ਬੱਬੂ ਸਰਪੰਚੋੜੀ ਸੁਖੋੜੀ ਪੁੱਜੇ ਆ ਉਧਰ ਟੁੱਡੀ ਵਾਲਾ ਸਰਦਾਰ ਕੋਦਾਲ ਸਿੰਘ ਆਪਣੇ ਮਿੱਤਰਾਂ ਦੇ ਨਾਲ ਪੁੱਜਾ ਉਧਰ ਕਹਿੰਦੇ ਵੀ 19 ਤੇ 20 ਤਰੀਕ ਦਸੰਬਰ ਮਹੀਨੇ ਦੇ ਕਹਿੰਦੇ ਵਿੱਚ ਰੌਣਕਾਂ ਲੱਗਣਗੀਆਂ ਟੁੱਡੀ ਦੀ ਧਰਤੀ ਜਿਵੇਂ 18 ਤੇ 19 ਨਵੰਬਰ ਕਹਿੰਦੇ ਸ਼ੂਸ਼ਕ ਪਿੰਡ ਦੇ ਵਿੱਚ ਸਿਰਾਊ ਇਸੇ ਤਰ੍ਹਾਂ 30 ਤਰੀਕ ਨੂੰ ਮਾਲੋ ਪਿੰਡ ਆਪਾਂ ਸਭ ਇਕੱਠੇ ਹੋਵਾਂਗੇ ਲੋਕ ਕਬੱਡੀ ਨਿੰਦਰ ਦੀ ਖੇਡ ਮੈਦਾਨ ਦੇ ਵਿੱਚ ਇੰਦਗੜ ਪਿੰਡ ਕਹਿੰਦੇ 11ਵੀਂ ਵਾਲੀ ਸੱਚੀ ਸਰਕਾਰ ਦੀ ਧਰਤੀ ਹੈ ਬਗੀਚੇ ਨੇ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕੀਤਾ ਸੰਤੇ ਵਰਗੇ ਖੇਡੇ ਨੌਜਵਾਨ ਕਹਿੰਦੇ ਰੇਸ਼ਮ ਸਾਡਾ ਲਈ ਇਹ ਦੁਨੀਆ ਨੂੰ ਛੱਡ ਕੇ ਤੁਰ ਗਿਆ ਕਿ ਮਾਂ ਮਰੇ ਤਾਂ ਮੁੱਕ ਜਾਣ ਮਾਪੇ ਪਿਓ ਮਰੇ ਕਰ ਵਿਹਲਾ ਕਿ ਜਿਸ ਦਿਨ ਵੀਰ ਪਿਆਰੇ ਤੁਰ ਜਾਣ ਉੱਧਰ ਜਾਂਦਾ ਇਹ ਵਿਹਲਾ ਉਧਰ ਜਾਂਦਾ ਹੈ ਵਿਹਲਾ ਲਓ ਸਾਹਮਣੇ ਅਰਸ਼ ਇਸ ਸਮੇਂ ਕਬੱਡੀ ਪਾ ਰਿਹਾ ਮੈਨੂੰ ਲੱਗਦਾ ਵੀ 2-1 ਜੱਫਾ ਲਓ ਸਾਹਮਣੇ ਦੇਖਾਂਗੇ ਹਲਕਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਗੱਭਰੂ ਲੈ ਵੀ ਨੌਜਵਾਨ ਨਿੰਦਰ ਸਿੰਘ ਥੋੜਾ ਪਾਸੇ ਹਟ ਜਾ ਮਾਣੂਕੇ ਪਿੰਡ ਵਾਲਿਆ ਆਹ ਵੇਖੋ ਇਹ ਨੌਜਵਾਨ ਬਲਵਿੰਦਰ ਸਿੰਘ ਸਰਾਂ ਤੇ ਕਹਿੰਦੇ ਮੱਲ ਵਕੀਲਾਂ ਵਾਲੇ ਦਾ ਭਤੀਜਾ ਹੈ ਬਲਤੇਜ ਚਤਰਿਆ ਵਾਲਾ ਮਨਜੀਤ ਸਾਡੇ ਵੀਰ ਕਬੱਡੀ ਦੇ ਪ੍ਰੇਮੀ ਪੁੱਜੇ ਹੋਏ ਹੈ ਸਵਾਦ ਆ ਗਿਆ ਲੈ ਵੀ ਗੀਤਿਆ ਮੇਰੀ ਸੋਚ ਕਹਿੰਦੀ ਹੈ ਵੀ 2-2 ਜੱਫੇ ਲੱਗ ਗਿਆ ਲੱਗਦਾ ਹੈ ਕਬੱਡੀ ਦੇ ਗਰਾਊਂਡ ਵਿੱਚ ਗੱਲ 3 ਦੀ ਖੜੀ ਹੈ ਆਹ ਮੇਰੇ ਵੀਰ ਉਧਰਲੇ ਬੰਨੇ ਅੱਧੇ ਪੁਆਇੰਟ ਤੇ ਜਿਹੜੀ ਜਿੱਤ ਹਾਰ ਹੋਣੀ ਹੈ ਇਸ ਮੈਚ ਦੀ ਵਕੀਲਾਂ ਵਾਲਾ ਇਸ ਏਰੀਏ ਦਾ ਨਗਰ ਹੈ ਭਲੂਰ ਦਾ ਨਾਮ ਕਬੱਡੀ ਜਗਤ ਵਿੱਚ ਬੜਾ ਵੱਡਾ ਹੈ ਮਾਣੂਕੇ ਦਾ ਭੀਮ ਕਹਿੰਦੇ ਵਕੀਲਾਂ ਵਾਲੇ ਦੇ ਸੋਨੀ ਨਾਲ ਇੱਟ ਵਰਗੀ ਯਾਰੀ ਹੈ ਇਹ 10-22 ਮੈਚ ਵਧੀਆ ਲੱਗਾ ਇੱਕ ਵਾਰੀ ਖੁੱਲ੍ਹ ਕੇ ਤਾੜੀ ਮਾਰ ਦਿਓ ਸੱਜਣੋ ਵਕੀਲਾਂ ਵਾਲਾ 11 ਤੇ ਭਲੂਰ 8.5 ਪੁਆਇੰਟ ਹੈ ਇਸ ਮੈਚ ਦੇ ਵਿੱਚ ਵਕੀਲਾਂ ਵਾਲਾ ਜੇਤੂ ਰਿਹਾ ਹੈ ਲੈ ਵੀ ਬਸੰਤ ਭਲੂਰ ਵਾਲੇ ਆਪਣੇ ਮਾਇਆ ਦੇ ਗੱਫੇ ਜਿਹੜੇ ਕਿਰਪਾ ਕਰਕੇ ਪ੍ਰਾਪਤ ਕਰ ਲਓ ਸਾਡੇ ਕੁਲਵੰਤ ਸਿੰਘ ਜੀ ASI ਸਾਹਿਬ ਢੋਡੀ ਵਾਲਾ ਨੇ ਆ ਭਲੂਰ ਵਾਲੇ ਉਹ ਮਾਇਆ ਲੈ ਲਓ ਕਿਰਪਾ ਕਰਕੇ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਪਲੇਅਰਾਂ ਨੂੰ ਪੈਸੇ ਦੇਣੇ ਆ ਕਿਰਪਾ ਕਰਕੇ ਪਲੇਅਰਾਂ ਨੂੰ ਹੀ ਦਿਆ ਕਰੋ ਸਾਨੂੰ ਕਿਰਪਾ ਕਰਕੇ ਕਿਸੇ ਪਲੇਅਰ ਦਾ ਕੋਈ ਜਿਹੜਾ ਪੈਸਾ ਨਹੀਂ ਫੜਾਉਣਾ ਅਸੀਂ ਇਸ ਮਾਇਕ ਦੇ ਉੱਪਰ ਉਹਨਾਂ ਦੇ ਨਾਮ ਬੋਲਾਂਗੇ
ਜਿਹੜੇ ਵੀਰ ਵੀ ਮਾਇਆ ਦੇ ਗੱਫੇ ਦੇਣਗੇ ਬਹੁਤ ਸਤਿਕਾਰਯੋਗ ਆ ਮੁੜ ਕੇ ਕਲਮਾਸਿਆਂ ਕਈ ਵਾਰੀ ਭੁਲੇਖੇ ਨਾਲ ਹੋਰ ਲੈ ਜਾਂਦਾ ਹੈ ਸਾਨੂੰ ਬੜੀ ਮੁਸ਼ਕਲ ਆਉਂਦੀ ਹੈ ਤੁਸੀਂ ਬੜੇ ਸਤਿਕਾਰਯੋਗ ਹੋ ਕਿਉਂਕਿ ਪੈਸਾ ਦੇਣਾ ਬੜਾ ਔਖਾ ਹੈ ਪੈਸਾ ਦੇਣ ਲਈ ਦਿਲ ਪਾਠੀ ਜਿੱਡਾ ਚਾਹੀਦਾ ਹੈ ਬਾਈ ਯਾਰ ਇੱਥੇ ਦੋ ਨੰਬਰ ਸਟੇਜ ਤੇ ਸਿਰਫ ਐਂਟਰੀ ਕਾਊਂਟਰ ਵਾਲੀ ਰਹਿਣ ਯਾਰ ਪ੍ਰਬੰਧਕ ਰਹਿਣਗੇ ਬਾਕੀ ਵੀਰ ਥਾਲੇ ਉੱਤਰ ਜਾਓ ਯਾਰ ਅਸੀਂ ਕਿਰਾਏ ਵੀ ਵੰਡ ਰਹੇ ਹਾਂ ਸਿਰਫ ਪਿੰਡ ਵਾਲੇ ਵੀਰ ਬਾਈ ਬਾਹਰੋਂ ਜਿਹੜੇ ਬਾਈ ਉੱਤਰ ਜਾਓ ਬਾਈ ਇਧਰਲੇ ਬੰਨੇ ਜਗਰੂਪ ਮੇਹਰ ਸਿੰਘ ਵਾਲੇ ਦੀ ਧਰਤੀ ਦਾ ਮੇਰਾ ਵੀਰ ਹੈਂਡੀਕੈਪਟ ਹੈ ਪਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੈ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਕੋਈ ਆਸਾ ਲੈ ਕੇ ਕਿਸੇ ਤੇ ਡਰ ਜਾਂਦਾ ਉਹ ਕੱਲਾ ਰਹਿ ਜਾਂਦਾ ਜਿਹੜਾ ਆਕੜ ਕਰ ਜਾਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਸਾਢੇ ਛੇ ਤੇ ਸੱਤ ਪੁਆਇੰਟ ਜੀ ਦੇ ਪਹਿਲਾਂ ਹੋ ਗਏ ਸਾਢੇ ਛੇ ਤੇ ਸੱਤ ਜੀ ਦੇ ਪਹਿਲਾਂ ਹੋ ਗਏ ਦੋਨੇ ਟੀਮਾਂ ਦੇ ਦਰਮਿਆਨ ਮੁਕਾਬਲਾ ਬਹੁਤ ਸੋਹਣਾ ਖੇਡਿਆ ਜਾਣਾ ਹੈ ਸਾਢੇ ਛੇ ਸੱਤ ਖੁੱਲਾ ਸਮਾਂ ਜਿਹੜਾ ਸਾਢੇ ਛੇ ਸੱਤ ਜਿਹੜਾ ਪ੍ਰਬੰਧਕ ਵੀਰ ਕਹਿੰਦੇ ਵੀ ਜਿਹਦੇ ਸਾਢੇ ਸੱਤ ਤੇ ਅੱਠ ਪਹਿਲਾਂ ਹੋ ਗਏ ਉਹ ਜਿਹੜਾ ਜੇਤੂ ਹੋਵੇਗਾ ਇਹ ਮੈਚ ਦੇ ਵਿੱਚੋਂ ਸਾਢੇ ਛੇ ਸਾਢੇ ਸੱਤ ਤੇ ਅੱਠ ਹੈ ਨਾ ਭਾਜੀ ਸਾਢੇ ਸੱਤ ਅੱਠ ਇਧਰਲੇ ਬੰਨੇ ਜਿਹੜੀ ਟੀਮ ਆਪਾਂ ਤੱਕਦੇ ਹਾਂ ਵੀ ਭਾਂਗਰ ਦੀ ਹੈ ਸਟੇਜ ਵਾਲੀ ਸਾਈਡ ਤੇ ਦੂਸਰੇ ਬੰਨੇ ਹਿੰਮਤਪੁਰ ਪਿੰਡ ਬੰਟੀ ਦਾ ਪਿੰਡ ਵਾਲਾ ਵੀ ਖੋਸਿਆ ਮਾਰਿਆ ਸੁੱਖ ਦੀ ਪਾਈ ਕਬੱਡੀ ਦੀ ਕਰ ਗੱਲ ਨੌਜਵਾਨ ਹਲੀਣਾ ਪਿੰਡ ਹੈ ਮੁੰਡੇ ਦਾ ਕਹਿੰਦੇ ਕਾਲੂ ਨਾਮ ਹੈ ਤੂੰ ਸੁੱਖਾ ਕਹਿੰਦਾ ਲਓ ਸੁੱਖੇ ਲਈ ਪਾਈ ਕਬੱਡੀ ਇੱਧਰ ਦੇਖੋ ਸਾਹਮਣੇ ਬਹੁਤ ਸੋਹਣਾ ਪੁਆਇੰਟ ਜਿਹੜਾ ਭਾਂਗਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਬੁੱਗੂ ਨੇ ਕਹਿੰਦੇ ਬਹੁਤ ਤਗੜੀ ਕਬੱਡੀ ਖੇਡੀ ਹੈ ਟਾਰਗੇਟ ਵਰਗਿਆਂ ਨੇ ਬੱਲੇ ਬੱਲੇ ਕਰਵਾਈ ਫਿਰ ਕਹਿੰਦੇ ਜੰਬੋ ਜੱਟ ਦੀਪ ਵਰਗਿਆਂ ਦਾ ਨਾਂ ਜਿਹੜਾ ਉਹ ਸਾਹਮਣੇ ਆਇਆ ਲਓ ਹਿੰਮਤਪੁਰੇ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਿਹੜੇ ਪਿੰਡ ਦਾ ਬਿੰਦਰੀ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੱਸ ਗਿਆ ਪੱਕੇ ਤੌਰ ਤੇ ਲਓ ਸਾਹਮਣੇ ਦੇਖੋ ਉਸੇ ਪਿੰਡ ਦਾ ਮੁੰਡਾ ਬਹੁਤ ਸੋਹਣਾ ਪੁਆਇੰਟ ਜੋੜਦਾ ਹੋਇਆ ਚੱਲ ਵੀ ਗੋਰੇ ਤਾਰ ਹੀ ਕਬੱਡੀ ਨੌਜਵਾਨ ਹੈ ਗੋਰਾ ਅਗਲੀ ਕਬੱਡੀ ਪਾਉਂਦਾ ਹੋਇਆ ਇੱਧਰ ਦੇਖੋ ਗੋਰਾ ਨਿਸ਼ੋਰਾ ਰੰਗ ਹੈ ਮੁੰਡੇ ਦਾ ਇੱਧਰ ਕਹਿੰਦੇ ਮਿੱਠੂ ਸਾਡਾ ਵੀਰ ਕਬੱਡੀ 365 ਦੌੜ ਪਾਉਣ ਵਾਲਾ ਕਹਿੰਦੇ ਪਿਆਰਾ ਮਿੱਤਰ ਹੈ ਬਹੁਤ ਪਿਆਰੀਆਂ ਸੁਣਾਵਾਂ ਇਹਨੇ ਇਹਨਾਂ ਵੀਰਾਂ ਦੀਆਂ ਨਾਲ ਮਠਾੜੂ ਲਾਈਟ ਦਾ ਬਹੁਤ ਵੱਡਾ ਧੰਨਵਾਦ ਹੈ ਦੇਖ ਲੈ ਵੀ ਉਮਰੀਆਂ ਨੇ ਮਾਰਿਆ ਹੈ ਜਿਹੜੀਆਂ ਲਾਈਟਾਂ ਜਗ ਪੈਣੀਆਂ ਸ਼ਰਾਬ ਵੱਖਰਾ ਹੋਣਾ ਹੈ ਫੈਸਲੇ ਸਕੂਟਰਾਂ ਦੇ ਹੋਣੇ ਹੈ ਦੁਨੀਆ ਜੁੜੀ ਹੋਈ ਹੈ ਕਬੱਡੀ ਦੇ ਵਿੱਚ ਹੁੱਲੇ ਹੁਲਾ ਰਿਹਾ ਹੈ ਇੱਧਰ ਦੇਖੋ ਸਾਹਮਣੇ ਕੀ ਬਣ ਗਿਆ ਫੋੜ ਮਾਰੇ ਫਤਾਰੇ ਪ੍ਰਗੂਸ਼ਣ ਪਾਉਂਦਾ ਛਕਾਟ ਬੱਚੇ ਨੇ ਕੱਟਾ ਢਾਲਿਆ ਤੇ ਦੇਖੋ ਪੈਂਦਾ ਡਾਟ ਨੌਜਵਾਨ ਕਹਿੰਦੇ ਲੱਭੀ ਤੱਲੇ ਵਾਲੀਆ ਵਾਹ ਉਹ ਨੌਜਵਾਨ ਹੈ ਇਧਰਲੇ ਬੰਨੇ ਕਮਾਲ ਕਰਤੀ ਆ ਗੱਭਰੂ ਨੇ ਕਬੱਡੀ ਦੇ ਗਰਾਊਂਡ ਵਿੱਚ ਦੇਵ ਸਿੰਘ ਜੀ ਪ੍ਰਧਾਨ ਸਾਡੇ ਮੰਗਲ ਦੇ ਫਾਦਰ ਸਾਹਿਬ ਉਹ ਵੀ ਸਾਡੇ ਦਰਮਿਆਨ ਪੁੱਜੇ ਹੋਏ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਧਰਲੇ ਬੰਨੇ ਪਾਲਾ ਰੰਡਿਆਲੇ ਵਾਲਾ ਕਬੱਡੀ ਦਾ ਮਹਾਨ ਖਿਡਾਰੀ ਹੈ ਕਿਉਂਕਿ ਗਰੀਬ ਜੇ ਪਰਿਵਾਰ ਦੇ ਵਿੱਚੋਂ ਕਬੱਡੀ ਜਿਹੜੀ ਨਸ਼ਾ ਰਹਿਤ ਲਓ ਦੇਖੋ ਨੌਜਵਾਨ ਸੁੱਖ ਆਹ ਮੁੰਡਾ ਕਹਿੰਦੇ ਪ੍ਰਗਟ ਹਿੰਮਤ ਪਰਿਵਾਰ ਹੈ ਜਿੱਥੋਂ ਦਾ ਬੰਟੀ ਉਧਰਲੇ ਬੰਨੇ ਗੀਤਕਾਰ ਵਿੱਚ ਕਬੱਡੀਆਂ ਮੱਲਾ ਮਾਰੀਆਂ ਚੱਲ ਵੀ ਸੇਵਕ ਹਿੰਮਤ ਪਰਿਵਾਰਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਵੱਧ ਆਇਆ ਹੈ ਚੱਲ ਵੀ ਨੌਜਵਾਨ ਹੈ ਨਾਲ ਹੀ ਫਰੈਂਡ ਹੀ ਕਬੱਡੀ ਕਲੱਬ ਜੀਰਾ ਤੇ ਕਪੂਰਿਆਂ ਦੀ ਟੀਮ ਕੱਲ ਕਲਾਂ ਏ ਤੇ ਤਲਵੰਡੀ ਭਾਈ ਉਸ ਤੋਂ ਬਾਅਦ ਦਾਦਰ ਤੇ ਸ਼ੂਸ਼ਕ ਨਾਲ ਹੀ ਮੇਰੀ ਬੇਨਤੀ ਕੈਰੋ ਤੇ ਜੋਗੇ ਵਾਲਾ ਬੂਈਆਂ ਵਾਲਾ ਤੇ ਤੱਲੇਕੇ ਦੀਆਂ ਟੀਮਾਂ ਨਾਲ ਹੀ ਜਲਾਲਾਬਾਦ ਤੇ ਕੰਡਿਆਲ ਉਸ ਤੋਂ ਬਾਅਦ ਲੰਡੇ ਤੇ ਦੌਲੇ ਵਾਲਾ ਤੋਤਾ ਸਿੰਘ ਵਾਲਾ ਤੇ ਤਲਵੰਡੀ ਪੰਘੇਰੀਆਂ ਡਾਲਾ ਤੇ ਇੰਦਗੜ ਖੋਸਾ ਧੀਰ ਤੇ ਰੱਜੀ ਵਾਲਾ ਨਾਲ ਹੀ ਮੇਰਾ ਸੱਦਾ ਹੋਊਗਾ ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਲਾ ਤੇ ਮੱਲੋ ਕੇ ਸਭ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਟੀਮਾਂ ਸਮੇਂ ਨੂੰ ਸਮਾਂ ਸਮਝਣ ਔਰ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਦੇ ਵਿੱਚ ਲੈ ਆਉਣ ਸਾਡੀ ਬੇਨਤੀ ਹੈ ਹੱਥ ਜੋੜ ਕੇ ਉਧਰ ਕਹਿੰਦੇ ਵੀ ਅਵਤਾਰ ਬਰਾੜ ਹੋਣੀ ਹਾਂਗਕਾਂਗ ਦੇ ਵਿੱਚ ਬੈਠੇ ਲੰਘੇ ਵਾਲਾ ਪਿੰਡ ਹੈ ਰਾਣੇ ਦੀ ਕਹਿੰਦੇ ਕਲਮ ਸਿਰੇ ਦੀ ਹੈ ਕਲਮ ਦਾ ਧਨੀ ਹੈ ਕਲਮ ਦਾ ਵਾਰਸ ਹੈ ਲੰਘੇ ਦੇ ਪਿੰਡ ਦਾ ਰਾਣਾ ਸਾਡਾ ਵੀਰ ਉਹ ਵੀ ਮੁਬਾਰਕਾਂ ਦੇ ਰਿਹਾ ਵੀ ਲਾਈਵ ਤੇ ਜੁੜੇ ਹੋਏ ਹੈ ਤੇ ਆਨੰਦ ਵੱਜਾ ਪਿਆ ਕਹਿੰਦਾ ਮਿੱਠੂ ਫੋਟੋ ਖਿੱਚੀ ਜਾਂਦਾ ਗਰਾਊਂਡ ਦੇ ਵਿੱਚ ਦੇਖ ਲੈ ਵੀ ਮਿੱਠੂ ਲੰਘੇ ਦੀਆਂ ਰਾਣੇ ਨੇ ਤੈਨੂੰ ਆਰ ਦੇਖਿਆ ਤੇ ਫੋਨ ਤੇ ਆਖਿਆ ਵੀ ਪ੍ਰਬੰਧਕਾਂ ਨੂੰ ਮੁਬਾਰਕਾਂ ਦੇ ਦਿਓ ਵੀ ਦੁਨੀਆ ਜੁੜੀ ਹੈ ਸਵਾਦ ਵੱਜਾ ਪਿਆ ਚੱਲ ਸੁੱਖੇ ਪਾਓ ਕਬੱਡੀ ਨੌਜਵਾਨ ਲਓ ਸੁੱਖਾ ਕਹਿੰਦੇ ਸਲੀਣੇ ਪਿੰਡ ਵਾਲ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਨੌਜਵਾਨ ਖੇਡ ਗਰਾਊਂਡ ਦੇ ਵਿੱਚ
लाई आ हथा पली करे बोला भली जवानी रेड पे चली इधर देखो सुखे की पहली कबड्डी पोले पोले कदम टेकिया विरोधियों ने बेड़े मैं भी ताते मारे मैं भी बीरी बंब दसी भाई वह मैं भी पॉइंट सुखे का है सुखा सलीने वाला बहुत सोना पॉइंट जोड़ता हो इधर बूटा कोजी मनसूर वाल वाले है उधर कहते बीरी का दाता पेंदा दुनिया बंब कहती है बंब ना क्यों पिया बीरी कहना मैं जस नफा गुरु नानक कॉलेज के लाया तो रिंपी ब्राण ने बोल दिता भी आ बीरी नहीं है बंब है इधर देखो मुंडा ट्राई करता हुआ भांगर पिंड वाला उधर कहना भारी शरीर है मुंडे का हिम हिम्मतपुरे वाला बहुत सोना पॉइंट जोड़ता हुआ अपनी टीम के लिए सुखा कबड्डी पावेगा तो बूटा उमरिया ना जी गल कर इस खिडारी की ला सुख सलीने वाला इस समय कबड्डी पाने लिए बाद आया टले वाली गभरू का कहते गगी खीर कहते खीर वाली एन शरीर का जरा तालमेल मिलता है छानवा जहा शरीर नौजवान सलीने वाले का उधरले बने कहते नौजवान प्रगट हिम्मतपुरे वाला कहते गल भावे रोडिया के कबड्डी कपदी से भावे अज खेल मैदान हरदीप हरदीप ला देखो मेरे वीरो मां टुट के फड़न की कोशिश करता हुआ टंगी लग रही है गुट फड़ के कहते खोसिया वाले जो खुच में पैर लगता है उन्होंने टंगी कहते हैं टंगी लाने की कोशिश कर रहा है बारह जेडे ग्यारह मां कबड्डी जगत पेश हुए हैं हम एक बारवा दा भी कबड्डी पेश होया है पर मुंडा दबाबे वाला लाता है ला हिम्मतपुरे वाला इस समय नौजवान सेवक कबड्डी पा रहा ला भी खोसिया वाले है कर गल इस नौजवान की इधर देखो सेवक भी पाई कबड्डी के चार जाफी उधर देखो सामने की बढ़ गया है आओ देखो पेंदे पटाके देखे होंगे काके सेवक बहुत सोने पॉइंट का वाधा करता हुआ चल भी गोरे पा भी कबड्डी नौजवान है इधर कहने भांगर वाला गोरा अगली कबड्डी पाने के लिए बढ़िया होया इधर देखो नौजवान की पेंदी कबड्डी के बर्गर दे ढड भर जाता खड़ खुराकों माड़े धंधे करते जेड़े की समझा जवाकों इंग्लिश के हाल पुछते हैलो हाए कहण वाले मेहनत बारे दस की जानने एसिया के रहन वाले सुखी ककराले जिन्हें ने कदे डंड बैठक कढ़िया वो की जानण ग्राउंडा दे विच खेडां पैण गोरा ते हरदीप हो गई मेरे वीर बल्ले 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 हां मेरे वीर नौजवान का गिट्टा कहिंदे कैच कीता होया है एन कहते कुंडे च कुंडा मनसूर वालिया पै गया तो जफा जरा लग गया है चल भी नौजवान है ना सेवक हिम्मतपुरे वाला हिम्मतपुरे का बंटी उदास होके बह गया तेरे चेहरे उत्तों नी नकाब जो लै गया है ना खेड मैदान देखो किने खंजर चलाए यह गल बंटी के गीतों में हुई है ना देखो खेड मैदान हिम्मतपुरे का मुंडा खिलारियां हुई बाहां दूसरे बन्ने भांगर पिंड गगी नाम आ वेखो मेरे गगी नौजवान कोशिश कर रहा है एक खीर वाली कबड्डी खेडे है एक मुंडा लोपो का कबड्डी खेडे है चल भी नौजवान है इस दे नाल ही जिहड़ा मुकाबला है समाप्ति दे वल है लै भी दस बाई किहड़ी टीम इस मैच दे विचों जीत रही है हिम्मतपुरे की टीम दे अठ पॉइंट ने भांगर दे साढ़े छे है इस मैच दे विचों जिहड़ी हिम्मतपुरे की टीम जीत रही है नवतेज बराड जी माछी बुगरा गगनदीप धन्ना शहीद वाले आनंद माणदे आ मां खेड कबड्डी का आपां उहनां वीरां दा धन्नवाद करदे हां राणा बराड लंगिआं दे अवतार हांगकांग जी साढ़े बुद्ध सिंह जी कनेडा साढ़े जोना बल जी वह भी आनंद माणदे समा खेड कबड्डी का 365.com के जरिए कि दुनिया के शागी कौडी इनू खड खेडन गोरे काले जाते रहन साढ़े वीर जो कप कराते क्लबा वाले आओ फ्रेंड कबड्डी क्लब जीरा एक बन्ने टीम होगी दूसरे बन्ने बाबा शायद कबड्डी क्लब कपूरिया की टीम ने खेडना है ये जी टीम कहते एक क्लब है जिन्हें बड़े बड़े मान सम्मान दिते तीन बुलारियों का मोटरसाइकलों का मान सम्मान करने वाली है क्लब साढ़े फ्रेंड कबड्डी क्लब जीरा सुखदेव सिंह जी नाल साढ़े बहुत सत्कारयोग हरपाल पंडोरी जट्टा जिन्होंने एक मान पिंदर कनेडा के जग्गू यूएसए ने मिलकर दिता साढ़े अठते नौ दाते वाले है आप सत्कार करांगे तीन मोटरसाइकिल तीन मोबाइल साढ़े अवतार बराड़ जी हांगकांग लंगिआणा पिंड इसे धरती से मान बख्शे वीर ने और मारो विसल लै भी खोसिया वाले है जीरे की जी टीम है खेतों वाली सैड पुज गई है तो दूसरे बन्ने कपूरिया की टीम टैक्नीकल स्टेज वाली सैड है तो मुंडे की पाई हुई कबड्डी की कर सिफत नौजवाना कोकरी बुटरा पिंड है इकबाल सिंह नाम है इकबाल सिंह कोकरी बुटरा वाल कबड्डी कबड्डी करता हुआ खेड के मैदान के लाओ सामने कौन कौन डक पाऊ इसे गभरू को बता समय दिया हो गई है लाओ की हुई ट्राई पर इकबाल कहते बड़ा तेज है बहुत सोने पॉइंट का इकबाल ने बाधा कर दिता गोल्डी ने कहते बल्ले बल्ले करवाई है उधर खोसा सब माण महसूस कर रहे हैं बैठे सुखदेव सिंह होनी
अपने मित्रों के नाल गोल्डी की पैंदी कबड्डी उधर देखो सामने मुंडे ने बढ़ के ट्राई की हुई है नहीं सर लक फड़िया होया इधर देखो उठती धूड़ के धूड़ अंबरों नू चढ़ू पैने धरती नू धक्के धूड़ अंबरों नू चढ़ू पैने धरती नू धक्के पूरा शरीर कहिंदे नरड़ के रख दिता मुंडे ने आ गबरू का कहिंदे जनेर पिंड है कोई कहिंदा पुराने समय दे विच राणे जनक का शहर हुंदा सी पर अजकल कहिंदे पिंड जनेर जिहड़ा बसदा है मालबिंदरों ने सरपंचा पिंड दे बई अवतार उहनी वड्डा कप करवाउंदे अपने नगरां दे विच जनेर पिंड वाला जीता कबड्डी पाउण दे लई बधिया होया इतिहासक पिंड है जनेर अज भी जदों दिवाली वाली रात टिकी हुंदी है रात नूं 2:30 बजे जदों टिकट का ला के सुनदे आ ते कहिंदे मिनी मिनी चीक सुनाई दिंदी है लोकी कहिंदे राजे दा कोल्लू चलदा राजे दा कोल्लू चलदा इतिहासक पिंड है जनेर उधरले बने माझा मालवा ट्रैक्टर एजेंसी वाले साढ़े वीर जिन्होंने पूरे हथियारों की जी सेवा ली है भाई तेजी जिन्हें जफे लाऊगा जादू वीर उरी आख रहे हैं पर जफे का कहते 100 रुपया दिता जाऊगा एक बने तकी कबड्डी के ग्राउंड जी टीम है कपूरिया की दूसरे बने फ्रेंड भी कबड्डी क्लब जीरा है गोल्डी उधरले बने जीरे वाला नाल कहते सोनू हो रही है इस तो बाद शूशक के दादर की टीम खेड़ मैदान के लागे पुज जाए दादर से जिहड़ी शुष्क दी टीम इकबाल सिंह दी पाई हुई कबड्डी है नौजवान कोकरी वाला उधरले बने दारा नेड़ा मारिया भी पब्बां भार हो गया है साडा वीर लाओ देखो खेड मैदान विच इह फैसला साढ़े रणजीत सिंह जी दौली पंजाब राज बिजली बोर्ड वाले दा है वरजंट दी पाई हुई कबड्डी उधरले बने सुखदेव सिंह होरां ने कहिंदे बलविंदर फेडे नाल कबड्डी खेडी है यह मान प्राप्त होया पंजाब पुलिस विच अपने कहिंदे नेक दिल इंसान जिम्मेवारी निभा रहा है कि सी बलविंदर फेडा कोड़ा लम्मी पारी दा के नाल ड्रमे खेडने काका कारी सारी दा के लखां दी गल करदा लखा गाजीपुर दा जी खाली हथ गुरलाल कदे ना पिछे मुड़दा भी बाजे खाने जाया सी हरजीत मराणा दे खेडण योरा नाल कबड्डी पुत सरदारां दे खेडण योरा नाल कबड्डी पुत सरदारां दे खेडण योरा नाल कबड्डी पुत सरदारां दे इधर देखो सामने मुंडा कमाल बाहर करी जांदा इह गग्गा संधुआं दा विभाग गबरू है छेती पता कर मुंडा किहड़े पिंडों आया नैना वाला तीर मेरे दिल ते चलाया सच्ची मुची मुंडा मैनू सजरी सवेर लगदा है नी भाभी मुंडा कौडी दा प्लेयर लगदा है नी भाभी मुंडा कौडी दा प्लेयर लगदा ना चलदा गग्गे दा पंजाब दे कबड्डी कप्पा दे लो जीता इस वेले अगली कबड्डी पाउंदा होया खेड दे मैदान दे विच बाप नू वी कहंदे तजर्बा हुण पुत दा वी ना चलदा है इधर देखो गोल्डी अगली कबड्डी पाउण दी तैयारी करदा होया लै वी गग्गिया तैयारी फड़ जट्टा इह गल नहीं बनने लो गोल्डी दी पाई कबड्डी मान गोल्डी नू वी पूरा उधर माझा माल ट्रैक्टर वाले वीर न्यू तलवंडी रोड जीरा उन्हें का विशेष तौर पर धन्यवाद है जो स्पॉन्सर के विचों एक है बहुत प्यारे वीर प्यारिया सेवावान उन्हों दी है इधर इकबाल सिंह टोकरी बुट्टर पिंड वाला कबड्डी पाउण दे लई वधिया होया पोले पोले कदम टेके विरोधियों के बेड़ के विच चौने विचों कौन बल्ले बल्ले करवावेगा कौन जफा लाऊ एक पासे कहदे पवन सीपे वर गए इधर देखो सामने सारा टब्बर पै गया पर पवैट कहते इकबाल सिंह अपनी टीम लई जोड़दा होया सोनू कबड्डी पाउंदा होया ते माइक ते बूटा उमरी इहनां जी गल करनगे लै सोनू दी पाई हुई कबड्डी नाल देखियो खेड मैदान विच गोरा जिहा मुंडा कहिंदे कबड्डी दे ग्राउंड विच ऐन कबड्डी दा चप्पा चप्पा चरखा चल रिहा है धूड़ उड रही है आ वेखो मेरे वीरियो गोरा रंग गोरा रंग गोरा रंग गोदी चुक लिया हो गई बल बल हुर 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 वाह कहते भी दिल खिचवा जोड़ा पॉइंट है लै भी सोनू स्वाद लिया है आ कबड्डी के ग्राउंड चल नहीं नसीबो मेला लगे छपार के मिनी वाला भाई देख वाजा पे मार आ जा नहीं दलीपो मेला लगे छपार आ इकबाल सिंह कबड्डी पाता हुआ खेड के मैदान के इकबाल भी पाई कबड्डी हूँ देखो कौन बल्ले बल्ले करवाऊ मैरी सीपे वाई फड़ प्यारी या कहवे पवन इधर कहवे पवन यदी दा पेचा की पटारी है दा पेचा की पटारी है दीप नी शौक है कबड्डी का पर गोल्डी वाता हुआ उधरले बने दीप अरमान दे फादर साहब बड़े माया दे गफे कहिंदे नौजवान सोनू लई पैदा करदे आ आपां सत्कार करांगे गायकी दे विच बड़ा वड्डा एक मान प्राप्त कीता है गोल्डी मेरे वीरियो इह नौजवान कहिंदे अजकल लोकां दे दिनां दे राज करन वाली कबड्डी पा रहा है क्योंकि बरीकियां जिहड़ा इहदा उस्ताद है जे किसे दा कहिंदे गुरु कैम होवे
ਆਪਾਂ ਸਤਿਕਾਰ ਕਰਨੇ ਆ। ਇਹ ਮਾਨ ਇਹਦਾ ਉਸਤਾਦ ਇਹਦਾ ਕੋਚ ਬੜਾ ਸਤਿਕਾਰ ਯੋਗ ਹੈ। ਉਧਰਲੇ ਬੰਨੇ ਸਤਿਕਾਰ ਕਰਾਂਗੇ ਕਿ ਉਸ ਬੇੜੀ ਨੂੰ ਖਤਰਾ ਕਾਹਦਾ ਜਿੱਥੇ ਆਪ ਖੜਾ ਬੰਦ ਫੜ ਕੇ ਆਪਾਂ ਸਤਿਕਾਰ ਕਰਨੇ ਆ। ਨੌਜਵਾਨ ਦੀ ਪਾਈ ਹੋਈ ਰੇਡ ਲੈ ਵੀ ਕਾਰੂ ਵੱਟ ਲੈ ਤਿਆਰੀ ਲਿਆ ਦੇ ਸਵਾਲ ਲਾ ਕੇ ਜੱਫਾ ਕਬੱਡੀ ਦੇ ਗਰਾਊਂਡ ਵਿੱਚ ਆਓ ਤੇਜੀ। ਇੱਕ ਬੰਨੇ ਯਾਦੂ ਹੋਰੀ ਆਖ ਰਹੇ ਹੈ ਜੇ ਤੇਜੀ ਜੱਫਾ ਲਾਵੇ ਤੇ 100 ਰੁਪਇਆ ਦਿੱਤਾ ਜਾਊਗਾ। ਅਸੀਂ ਸ਼ੌਂਕੀ ਚਾਹਾਂ ਦੇ ਗੱਲ ਵੱਖਰੀ ਹੈ ਤੇ ਮੈਨੂੰ ਲੱਗਦਾ ਵੀ ਮੈਚ ਸਮਾਪਤ ਹੋ ਗਿਆ। ਲੈ ਵੀ ਦੱਸ ਬਾਈ ਕਿਹੜੀ ਟੀਮ ਇਸ ਮੈਚ ਦੀ ਜੇਤੂ ਹੈ। ਜੀਰੋ ਦੀ ਟੀਮ ਦੇ 5 ਪੁਆਇੰਟ ਨੇ ਤੇ ਕਪੂਰਿਆਂ ਦੀ ਟੀਮ ਦੇ 8.5 ਪੁਆਇੰਟ ਹੈ। ਆ ਜਿਹੜੇ ਮਾਇਆ ਦੇ ਗੱਫੇ ਹੈ ਲੈ ਵੀ ਸੋਨੂ ਵੀਰ ਦੀਪ ਅਰਮਾਨ ਦੇ ਫਾਦਰ ਸਾਹਿਬ ਉਹਨਾਂ ਵੱਲੋਂ ਮਾਇਆ ਦੇ ਗੱਫੇ ਪੁੱਜੇ ਆ। ਕਿਰਪਾ ਕਰਕੇ ਪ੍ਰਾਪਤ ਕਰ ਲਓ ਆ ਜਿਹੜੇ ਮਾਇਆ ਦੇ ਗੱਫੇ ਹੈ। ਆਓ ਜੀ ਇਸ ਤੋਂ ਅਗਲਾ ਮੈਚ ਕੱਲ ਕਲਾਂ ਤੇ ਤਲਵੰਡੀ ਭਾਈ ਪਹੁੰਚ ਗਈਆਂ ਜੀ। ਟੀਮਾਂ ਦੋਹੇ ਗਰਾਊਂਡ ਦੇ ਚ ਆ ਜਾਣ ਜਲਦੀ ਨਾਲ। ਕੱਲ ਕਲਾਂ ਤੇ ਤਲਵੰਡੀ ਭਾਈ ਛੋਲੇ ਟੀਮਾਂ ਜਲਦੀ ਪੁੱਜਣਗੀਆਂ। ਸ਼ੂਸ਼ਕ ਤੇ ਦਾਦਰ ਜੀ, ਸ਼ੂਸ਼ਕ ਤੇ ਦਾਦਰ, ਇਸ ਤੋਂ ਬਾਅਦ ਕੈਰੋਂ ਤੇ ਜੋਗੇ ਵਾਲਾ, ਬੋਈਆਂ ਵਾਲਾ ਤੇ ਧੱਲੇ ਕੇ, ਨਾਲ ਹੀ ਜਲਾਲਾਬਾਦ ਤੇ ਕੰਡਿਆਲ, ਲੰਡੇ ਤੇ ਦੌਲੇ ਵਾਲਾ, ਤੋਦਾ ਸਿੰਘ ਵਾਲਾ ਤੇ ਤਲਵੰਡੀ ਭੰਗੇਰੀਆਂ, ਡਾਲਾ ਤੇ ਅਹਿਮਦਗੜ੍ਹ, ਖੋਸਾ ਰਣਧੀਰ ਤੇ ਰੱਜੀ ਵਾਲਾ, ਮੱਲੋਕੇ ਤੇ ਮਾਲਾ ਜੀ। ਇਹ ਸਾਰੀਆਂ ਟੀਮਾਂ ਆਪਣੇ ਮੈਚ ਜਿਹੜੇ ਨੋਟ ਕਰ ਲੈਣ। ਕੱਲਾਂ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵੱਲ ਆ ਗਈ ਹੈ। ਹੁਣ ਮੇਰਾ ਸੱਦਾ ਤਲਵੰਡੀ ਭਾਈ ਨੂੰ, ਇਹ ਵੀ ਮੈਚ ਬੜਾ ਤਗੜਾ ਹੋਣਾ ਤਲਵੰਡੀ ਭਾਈ ਦੀ ਟੀਮ ਤੇ ਕੱਲ ਕਲਾਂ, ਕਿ ਭਾਈਆਂ ਭਾਈਆਂ ਵਿੱਚ ਜੋ ਫੁੱਟ ਦੇ ਬੀਜ ਬੀਜੇ ਤੇ ਬਚ ਕੇ ਰਹੀਏ ਸਦਾ ਉਸ ਚਲਾਕ ਕੋਲੋਂ, ਕਰ ਫੂਕੇ ਨੇ ਸਦਾ ਸਿਆਣਿਆਂ ਨੇ, ਅੱਗ ਲੱਗੀ ਨੀ ਕਦੇ ਜਵਾਕ ਕੋਲੋਂ, ਲਹੂ ਡੁੱਲਿਆ ਜ਼ੁਲਮ ਦੀ ਅੱਤ ਵੇਖੀ ਜਦੋਂ ਵਿਛੜਿਆ ਪੰਜਾਬ ਪੰਜਾਬ ਕੋਲੋਂ, ਮੱਖਣ ਬੜਾੜਾ ਅੱਜ ਵੀ ਬੜਾ ਰੋਂਦਾ ਹੈ, ਕੀਤਾ ਵਿਛੜ ਕੇ ਬੇਲੀ ਮੁਸਤਾਕ ਕੋਲੋਂ। ਲਓ ਦੋਵੇਂ ਪਾਸੇ ਤਲਵੰਡੀ ਭਾਈ ਤੇ ਕੱਲ ਕਲਾਂ, ਆਓ ਕੱਲਾਂ ਵਾਲਾ ਅੰਮ੍ਰਿਤ ਤੇ ਸੁੱਖ ਅਰਦਾਸੇ ਵਾਲਾ। ਹੈਲੋ ਬਾਈ ਜੀ, 2100 ਰੁਪਈਆ ਗਰੀਸ ਲੱਗੀ ਪੈਪ ਤੇ ਜਿਹੜਾ ਚੜੂਗਾ, ਕਮੇਟੀ ਨੇ ਕਰਤਾ ਪੈਂਦੇ ਪ੍ਰਧਾਨ ਹੋਣਾ ਨੇ 2100 ਰੁਪਈਆ ਪੈਪ ਗਰੀਸ ਲੱਗਾ ਪੈਪ ਤੇ ਜਿਹੜਾ ਉੱਤੇ ਚੜੂਗਾ ਗੋਭੀ ਦਾ ਫੁੱਲ ਆਊਗਾ 2100 ਰੁਪਈਆ। ਲਾ ਇਧਰਲੇ ਬੰਨੇ ਮਾਲੇ ਵਾਲਾ ਕੁਲਦੀਪ 10 ਮਿੰਟਾਂ ਦੇ ਵਿੱਚ 300 ਡੰਡ ਲਾਊਗਾ। ਆਪਾਂ ਇਹਦਾ ਵੀ ਮਾਨ ਸਨਮਾਨ ਕਰਨਾ ਹੈ। ਮਠਾੜੂ ਦੀਆਂ ਲਾਈਟਾਂ ਜਿਹੜੀਆਂ ਆਨ ਹੋ ਚੁੱਕੀਆਂ, ਉਸ ਵੀਰ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ। ਲੈ ਵੀ ਕੱਲਾ ਮਾਰਿਆ, ਇਸ ਧਰਤੀ ਤੇ ਦਾ ਸਨਮਾਨ ਵੀ ਬੜਾ ਵੱਡਾ ਹੋਇਆ ਹੈ। ਉਧਰਲੇ ਬੰਨੇ ਕੱਲਾ ਮਾਰਿਆ, ਦੁਨੀਆ ਉਂਗਲਾਂ ਤੇ ਨਚਾਈ ਫਿਰਦਾ ਹੈ ਤੇ ਤਲਵੰਡੀ ਵਾਲਿਆਂ ਦਾ ਛਿੱਕਾ ਚੱਲਿਆ। ਕਹਿੰਦੇ ਜੋੜੀ ਪੰਜਾਬ ਭਰ ਦੇ ਵਿੱਚ ਨਹੀਂ, ਕੈਨੇਡਾ ਦੀ ਧਰਤੀ ਤੇ ਦੁਨੀਆਂ ਦੇ ਵਿੱਚ ਛਿੱਕਾ ਚੱਲਿਆ। 10.5 ਜਾਂ 11 ਮੇਰੇ ਵੀਰੋ ਕਬੱਡੀ ਦੇ ਗਰਾਊਂਡ ਦੇ ਵਿੱਚ ਪੁਆਇੰਟ ਹੈ 10.5 ਜਾਂ 11। ਲੈ ਵੀ ਹਰਦਾਸੇ ਵਾਲਿਆ, ਬੱਲੇ ਬੱਲੇ ਹੋ ਜਾਣੀ ਆ ਸੁੱਖਾ ਹਰਦਾਸੇ ਵਾਲਾ। ਗੋਲ ਦੀ ਗੱਲ ਹੋ ਰਹੀ, ਆਸਟ੍ਰੇਲੀਆ ਵਿੱਚ ਬੈਠੇ ਆਨੰਦ ਮਾਣਦੇ ਹੈ। 26 ਜਨਵਰੀ ਨੂੰ ਕਹਿੰਦੇ ਢੁੱਡੀ ਕੇ ਪਿੰਡ ਰੌਣਕਾਂ ਲੱਗਣਗੀਆਂ ਤੇ ਮਾਨ ਸਮਾਨ ਹੋਣਗੇ। 6 ਜਿਹੜੀ ਤਰੀਕ ਹੈ ਦੌਲੇ ਵਾਲੇ ਦੇ ਕਬੱਡੀ ਕੱਪ ਦੀ ਆ, ਜਸ ਗਗੜੇ ਹੋਰੀ ਸੱਦੇ ਦੇ ਰਹੇ ਹੈ। ਇਹ ਮਾਨ ਤੇ ਸਨਮਾਨ ਤੇ ਸਤਿਕਾਰ ਤਰੀਕ ਨੂੰ ਸੱਚਖੰਡ ਵਾਸੀ ਸੰਤ ਬਾਬਾ ਨਾਰ ਸਿੰਘ ਜੀ ਸੁਨੇਹਰਾਂ ਵਾਲੇ, ਉਹਨਾਂ ਦੀ ਯਾਦ ਵਿੱਚ ਬਡਾਲੇ ਦੀ ਧਰਤੀ ਤੇ ਕਬੱਡੀ ਦਾ ਬੜਾ ਤਕੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਆਪ ਸਭ ਨੂੰ ਸੱਦੇ ਹੈ, ਦੁਨੀਆ ਦੇ ਮਹਾਨ ਖਿਡਾਰੀ ਪੁੱਜਣਗੇ। ਇਧਰਲੇ ਬੰਨੇ ਜਿਹੜੇ ਮਾਨ ਸਨਮਾਨ, ਲਓ ਦੇਖੋ ਮੈਚ ਕਹਿੰਦੇ ਸਿਰੇ ਦਾ ਸ਼ੁਰੂ ਹੋ ਗਿਆ। ਲੈ ਵੀ ਡੰਡਾ ਵਾਲਿਆ, ਕਿਤੇ ਡੰਡ ਨਾ ਲੈ ਜੇ। ਇੱਧਰ ਦੇਖੋ ਸਭਨੇ ਕੌਣ, ਇਹ ਹੈ ਸੁੱਖਾ ਰਾਜਾਂ ਵਾਲੇ ਪਿੰਡ ਦਾ, ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਮੇਲੇ। ਕਹਿੰਦੇ ਖਾਈ ਪਿੰਡ ਆ, ਮੈਚ ਬੜਾ ਤਕੜਾ ਹੈ, ਕਿਉਂਕਿ ਮੈਚ ਬੜਾ ਤਕੜਾ ਹੈ। ਆ ਇਸ ਤੋਂ ਬਾਅਦ ਜਿਹੜੇ ਮਾਨ ਸਨਮਾਨ ਆਪਾਂ ਦੇਵਾਂਗੇ ਸਾਡੇ ਡਾਕਟਰ ਨਰਵੈਰ ਸਿੰਘ ਜੀ ਉੱਪਰ ਸਾਹਿਬ, ਔਰ ਸਾਡੀ ਇਸ ਨਗਰ ਦੀ ਪੂਰੀ ਪ੍ਰਬੰਧ ਕਮੇਟੀ ਹੈ, ਮਾਨ ਸਨਮਾਨ ਕਰ ਰਹੀ ਹੈ। ਪਰ ਮੈਚ ਬੜਾ ਤਕੜਾ ਹੈ ਡਾਕਟਰ ਸਾਹਿਬ। ਇਹ ਕਹਿੰਦੇ ਕੁੰਡੀਆਂ ਦੇ ਸਿੰਘ ਸਾਨਾ ਵਾਲੇ ਭੇੜ ਤੇ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਮੁੰਡੇ ਦਾ, ਕਹਿੰਦੇ ਖਾਈ ਪਿੰਡ ਆ ਦੀਨਾ ਸਾਹਿਬ ਦੇ ਲਾਗੇ, ਪੱਤੋ ਕੋਲੇ ਖਾਈ ਸੁਣੀ ਦੀ, ਖਾਈ ਦੇ ਕੋਲੇ ਦੀਨਾ, ਤੈ ਮਨ ਮੋਹ ਲਿਆ ਵੇ ਕਬੱਡੀ ਦੇ ਸ਼ਕੀਨਾ, ਤੈ ਮਨ ਮੋਹ ਲਿਆ ਵੇ ਕਬੱਡੀ ਦੇ ਸ਼ਕੀਨਾ। ਲੈ ਖੋਸਿਆਂ ਵਾਲਿਆ, ਮੁੰਡਾ ਕਹਿੰਦੇ ਜੱਸੀ ਹੈ, ਕਰ ਇਸ ਨੌਜਵਾਨ ਦੀ ਪਾਈ ਹੋਈ ਕਬੱਡੀ ਦੀ ਸਿਫਤ। ਬਾਕੀ ਮੁੰਡਾ ਜੱਸੀ ਹੈ ਤੇ ਚੰਦ ਪੁਰਾਣਾ ਪਿੰਡ, ਉੱਧਰ ਸੋਨੇ ਨੇ ਟਰਾਈ ਕੀਤੀ ਹੈ।
ਪਰ ਸੋਨਾ ਜੱਫਾ ਨਹੀਂ ਲਾ ਸਕਿਆ। ਚੱਲ ਸਰਦਾਸੇ ਵਾਲਿਆ ਪਾਓ ਕਬੱਡੀ, ਸਾਧੂ ਸਿੰਘ ਦੇ ਦੋ ਪੁੱਤਾਂ ਦਾ ਨਾਂ, ਕਹਿੰਦੇ ਕਬੱਡੀ ਜਗ ਦੇ ਵਿੱਚ ਪ੍ਰਸਿੱਧ ਹੈ, ਪਹਿਲਾਂ ਆਪ ਕਬੱਡੀ ਖੇਡੀ ਹੁਣ ਬੱਲੇ ਬੱਲੇ ਪੁੱਤਰਾਂ ਦੀ ਹੈ। ਉਹ ਸੁੱਖ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ, ਉੱਧਰ ਚਾਰ ਜਾਫੀ ਹੈ ਨਾਲ, ਕਹਿੰਦੇ ਧੀਰਾ ਰਮਣਾ ਤੇ ਗਗਨਾ ਚੌਹਦੇ ਵਿੱਚੋਂ ਦੇਖੋ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਜੱਫਾ ਲਾ ਕੇ। ਤੇ ਲੋਕੋ ਪਿੰਡ ਮੁੰਡਿਆਂ ਦਾ ਤਲਵੰਡੀ ਜਿੱਤ ਦੀ ਗੱਡ ਦਿੰਦੇ ਨੇ ਝੰਡੀ, ਪਾਉਂਦੇ ਪੂਰੀ ਖੁੱਤ ਬਈ। ਇੱਕ ਲਾਲੇ ਦਾ ਭਤੀਜਾ ਯਾਰ ਦੂਜਾ ਪੁੱਤ ਬਈ, ਮੁੰਡੇ ਲਾਲਾ ਜੱਫੇ ਲੜਦੇ ਮੇਲੇ ਵਾਲਾ ਲੁੱਟ ਬਈ। ਲਾ ਸਾਹਮਣੇ ਦੇਖੋ ਮੇਰੇ ਵੀਰੋ, ਇੱਕ ਗਰੀਬ ਜੇ ਕਿਸਾਨ ਦਾ ਪੁੱਤਰ, ਕਹਿੰਦੇ ਰਾਜਾਂ ਵਾਲਾ ਪਿੰਡ ਹੈ ਸੁੱਖੇ ਦਾ, ਸੁੱਖਾ ਪਹਿਲੇ ਸਾਲ ਖੋਸਿਆਂ ਵਾਲਿਆ 11 ਦੇ ਵਿੱਚ ਕਨੇਡਾ ਖੇਡਿਆ, ਜੋ ਨਨੈਲਾ ਤੇ ਗਗਨ ਉਧਰਲੇ ਬੰਨੇ ਦੇਖਾਂਗੇ। ਮਰੂਦੀ ਕਾਰ ਹਜੇ ਵੀ ਯਾਦ ਆ 29-29 ਨੰਬਰ, ਲਓ ਖੇਡ ਮੈਦਾਨ ਵਿੱਚ ਕਲਵਾਨ ਸਿੰਘ ਜੀ ਕਾਲੋ ਸਾਹਿਬ ਦੀ ਦੇਣ, ਕੱਲਾ ਵਾਲਾ ਕਬੱਡੀ ਦੇ ਗਰਾਊਂਡ ਵਿੱਚ, ਇਹ ਸੁੱਖਾ ਸੁੱਖਾ ਤੇ ਕੱਲਾ ਵਾਲਾ ਜੈਤੋ ਦਾ ਕਿਹੜਾ ਟੱਪਾ ਦੋ, ਜੇ ਕੱਢੀ ਮਾਂ ਦੀ ਗਾਲ ਵੇ ਜੈਤੋ ਦਾ ਕਿਹੜਾ ਟੱਪਾ ਦੋ, ਜੇ ਕੱਢੀ ਮਾਂ ਦੀ ਗਾਲ ਜੈਤੋ ਦਾ ਕਿਹੜਾ ਟੱਪਾ ਦੋ। ਸਿਰਾ ਹੋ ਗਿਆ ਜੀ ਕਹਿੰਦੇ ਮਨਸੂਰ ਦੇਵੇ ਦੀ ਧਰਤੀ, ਸਿਰਾ ਹੋ ਗਿਆ ਮੇਰੇ ਮਿੱਤਰੋ। ਇੱਧਰ ਪਾਈ ਕਬੱਡੀ ਗੱਭਰੂ ਵੀ, ਹੁਣ ਦੇਖੋ ਚੌਹ ਦੇ ਵਿੱਚੋਂ ਪਾਉਣ ਕਰਵਾਈ ਪੱਲੇ ਵੱਲੋਂ ਤਲਵੰਡੀ ਵਾਲਿਆ, ਤਲਵੰਡੀ ਵਾਲਿਆ ਖਿੱਚ ਲਾ ਤਿਆਰੀ ਗਗਨ ਸਿੰਘ ਨੌਜਵਾਨਾ। ਆਹ ਵੇਖੋ ਐਨ ਦੋ ਨੰਬਰ ਤੋਂ ਵੱਧ ਕੇ, ਕਹਿੰਦੇ ਖਾਈ ਵੱਲ ਨਾਲ ਚਮਤ ਕਰਾ ਰਹੀ ਹੈ, ਪਰ ਮੁੰਡੇ ਦੀ ਪੰਡ ਮੁੰਡੇ ਦੀ ਉਮਰ 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 ਬੜੀ ਨਿਆਣੀ ਹੈ, ਮੁੰਡੇ ਦੀ ਉਮਰ ਬੜੀ ਨਿਆਣੀ ਹੈ। ਲੈ ਵੀ ਖੋਸਿਆਂ ਵਾਲਿਆ ਜੇ ਸਵਾਲ ਆ ਰਿਹਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ। ਹਾਂ ਅੱਜ ਵਾਕਿਆ ਮਨਸੂਰ ਦੇਣੇ ਵਾਲੇ ਜਿਵੇਂ ਕਹਿੰਦੇ ਹੁੰਦੇ ਵੀ ਰੌਲਾ ਜੀਰੇ ਦੀਆਂ ਗਲੀਆਂ ਦੇ ਵਿੱਚ ਸੁਣਨਾ ਚਾਹੀਦਾ, ਜਦੋਂ ਲਾਈਟਾਂ ਹੁਣ ਜਗ ਪਈਆਂ ਤੇ ਜੀਰੇ ਦੀਆਂ ਗਲੀਆਂ ਦੇ ਵਿੱਚ ਰੌਲਾ ਸੁਣਨਾ ਚਾਹੀਦਾ। ਇਹੋ ਜਿਹੇ ਕਹਿੰਦੇ ਤਾੜੀ ਵੱਜੂ ਪਟਾਕੇ ਪੈਣਗੇ, ਲਓ ਸਾਹਮਣੇ ਮੰਗਲ ਕਰਦਾ ਟਰਾਈ ਖੇਡ ਮੈਦਾਨ ਦੇ ਵਿੱਚ, ਲਓ ਪੱਲੇ 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 ਹੋ ਗਈ ਉਤਰੋ, ਲਓ ਸਵਾਦ 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 ਕਬੱਡੀ ਦਾ। ਇਹ ਆ ਘੱਲਾਂ ਵਾਲਾ, ਕਹਿੰਦੇ ਦੇਵ ਸਿੰਘ ਦਾ ਪੁੱਤਰ ਹੈ, ਚੀਤੇ ਵਾਲੀ ਝਪਟ ਮਾਰਦਾ। ਚੱਲ ਵੀ ਨੌਜਵਾਨ ਹੈ, ਪੰਜਾਬ ਦੇ 17 ਵਿੱਚ ਨਾਮ ਇਸ ਕਬੱਡੀ ਦੇ ਸਟਾਰ ਦਾ, ਸਾਨੂੰ ਫਤਰ ਦੋਸਤਾਂ ਤੇ ਹੁੰਦੇ ਯਾਰੀ ਸਾਡੀ ਦੇ ਚਰਚੇ। ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ, ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ। ਲੈ ਵੀ ਅੰਬੂ ਫੜ ਤਿਆਰੀ, ਸੁੱਖਾ ਫੇਰ ਆ ਗਿਆ, ਸੁੱਖਾ ਰਾਜਾਂ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਲੈ ਵੀ ਰਾਜਾ ਵਾਲੀ ਆ, ਹੱਥ ਜਿਹੜਾ ਅੰਬੋ ਦੀ ਹਿੱਕ ਵਿੱਚ ਹੀ ਵੱਜਣਾ ਚਾਹੀਦਾ, ਹੱਥ ਅੰਬੋ ਦੀ ਹਿੱਕ ਵਿੱਚ ਹੀ ਵੱਜਣਾ ਚਾਹੀਦਾ। ਸਵਾਲ ਆ ਜੂਗਾ ਮੇਰੇ ਵੀਰੋ, ਖੇਡ ਮੈਦਾਨ ਵਿੱਚ ਅੰਬੋ ਘੱਲਾਂ ਵਾਲਾ, ਉਧਰਲੇ ਬੰਨੇ ਸੋਨੇ ਹੋਰੀ ਨਾਮ ਕਬੱਡੀ ਐਤ ਬੜਾ ਚੱਲਿਆ। ਲੈ ਵੀ ਸੁੱਖਿਆ ਹਮਲਾ, ਕਹਿੰਦੇ 13-14-15 ਸਕਿੰਟ ਘੱਲਾਂ ਵਾਲਾ ਆ ਗਿਆ। ਆਹ ਵੇਖੋ ਮੇਰੇ ਵੀਰੋ, ਇਹ ਆ ਮੰਗਲ ਜਿਨ੍ਹਾਂ ਨੇ ਬਦਾਮ ਖਾਧੇ ਮੰਗਲਾ, ਉਹਨਾਂ ਨੇ ਹੀ ਗੋਡੀਆਂ ਲਵਾਉੜੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉੜੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉੜੀਆਂ। ਇੱਧਰ ਦੇਖੋ ਸਾਹਮਣੇ ਸਰਦਾਰ ਸਾਧੂ ਸਿੰਘ ਦਾ ਬੇਟਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਉੱਚਾ ਲੰਮਾ ਗੱਭਰੂ ਤੇ ਉੱਚੀ ਇਹਦੀ ਹੇਕ। ਸਾਹਮਣੇ ਮਾਏ ਪੌਣੀਆਂ, ਮੈਨੂੰ ਮੁੰਡਾ ਲੈਣ ਦੇ ਵੇਖ, ਸਾਹਮਣੇ ਮਾਏ ਪੌਣੀਆਂ। ਆਓ ਆਓ ਲਾਲੇ ਤਲਵੰਡੀ ਵਾਲਾ ਪੁੱਤਰ, ਕਹਿੰਦੇ ਪਿਤਾ ਨੇ ਕਬੱਡੀ ਬੜੀ ਤਕੜੀ ਖੇਡੀ ਹੈ। ਦੇਖੋ ਇੱਧਰਲੇ ਬੰਨੇ ਇੱਕ ਬੰਨੇ ਲਾਲੇ ਦਾ ਪੁੱਤਰ, ਦੂਸਰੇ ਬੰਨੇ ਸਰਦਾਰ ਸਾਧੂ ਸਿੰਘ ਦਾ ਪੁੱਤਰ ਹੈ। ਲਾ ਸਿਆਣੇ ਕਹਿੰਦੇ ਬੋਰ ਦੀ ਥਾਂ ਤੇ ਬੋਰ ਨਹੀਂ ਲੱਗਦਾ, ਵੇਖ ਲਾ ਖੋਸਿਆਂ ਵਾਲਿਆ ਬੋਰ ਦੀ ਥਾਂ ਤੇ ਬੋਰ ਲੱਗ ਗਿਆ ਮੁੰਡਾ ਤਲਵੰਡੀ ਵਾਲਾ। ਲਾ ਜੱਫਾ ਆਪਣੀ ਟੀਮ ਦੇ ਸੇਵਾ ਤਗੜਾ ਪੁਆਇੰਟ ਜੋੜਦਾ ਹੋਇਆ। ਚੱਲ ਵੀ ਨੌਜਵਾਨਾਂ, ਰੇਡ ਅਗਲੀ ਕਿਸਨੇ ਪਾਉਣੀ ਹੈ? ਪੰਜਾਬ ਦੇ ਮੈਦਾਨਾਂ ਵਿੱਚ ਮੁੰਡਾ ਰਿਕਾਰਡ ਜਾਂਦਾ ਹੈ ਤੋੜੀ, ਹਸੇ ਵਿੱਚ ਵੀ ਮੁੰਡਾ ਦੇਖੋ ਦੋ ਦੋ ਰੇਡਾਂ ਜਾਂਦਾ ਮੋੜੀ। ਨਾ ਦੂਸਰੀ ਰੇਡ, ਕਹਿੰਦੇ ਦਰਸ਼ਨ ਸਿੰਘ ਦਾ ਪੁੱਤਰ ਆ ਗਿਆ ਹੈ ਕਬੱਡੀ ਦੇ ਗਰਾਊਂਡ ਵਿੱਚ, ਕਰ ਹੌਸਲਾ। ਮੈਂ ਵੀ ਖੋਸਿਆਂ ਵਾਲਿਆ, ਕਰ ਨੌਜਵਾਨ ਦੀ ਸਿਰਤ ਕਬੱਡੀ, ਤੁਸੀਂ ਵੀ ਖੱਬੀ ਖਾਨ ਤੁਹਾਡੇ ਹੋ, ਉਹਨਾਂ ਨੇ ਸੁੱਖ ਢਾਇਆ ਤੇ ਆ ਸੁੱਕਾ ਨਾ ਜਾਵੇ। ਦੇਖੋ ਮੇਰੇ ਵੀਰੋ, ਕੱਲਾ ਵਾਲਿਆ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਮੁੰਡਾ ਤੇਰੇ ਤੇ ਹਮਲਾ ਕਰਕੇ ਜਾਊਗਾ, ਪਰ ਵਾਕਈ ਕਹਿੰਦੇ ਜੱਫੇ ਵੀ ਸਿਰੇ ਦੇ ਲੱਗੇ ਹੈ ਤੇ ਪੁਆਇੰਟ ਵੀ ਸਿਰੇ ਦੇ ਜੁੜੇ ਹੈ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ, ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ। ਮੀਤ ਖਾਈ ਵਾਲਾ ਖਾਈ ਪਿੰਡ ਕਹਿੰਦੇ ਮੋਗੇ ਦੀ ਸਭ